ऑस्ट्रेलिया सिख खेडा 2021 शानो शौकत ना शुरू ब्रिस्बेन विखे दो रोजा खेड टूर्नामेंट अरदास उपरंत खेडा दे हुई आरंभता सिंह स्ट्राइकर्स ने जितया वॉलीबॉल दा खिताब ऑस्ट्रेलिया दे क्वींसलैंड सूबे दे खूबसूरत शहर ब्रिस्बेन विखे एनसेक्स सिख खेडा शानो शौकत नाल अमेरिकन कॉलेज दे होर स्पॉन्सर्स दे सहयोग नाल शुरू हो गईयां ने इत्थे दस दईए कि इह खेडा इस बार पर्थ विखे होणियां सन पर कोविड दीआं पाबंदियां करके इस बार नैशनल कमेटी वल्लों हर शहर विच करवाउण दा अहम फैसला लिया गया हर शहर नूं 6 साल बाद खेडा दी मेजबानी करन दा माण मिलदा है इह खेडा 1981 विच हॉकी दे इक मैच तों शुरू होईयां सब तों पहलां अरदास कीती गई परमात्मा दा ओट आसरा लै के अरदास उपरंत खेडा आरंभ होईयां इस मौके रणदीप जोल ने दसिया कि इन्हां खेडां विच 800 दे लगभग खिडारी खेड रहे ने इन्हां खेडां विच फुटबॉल वॉलीबॉल क्रिकेट आदि दे मैच करवाए जा रहे ने वॉलीबॉल दा फाइनल मुकाबला सिख स्ट्राइकर्स ने 3-2 दे नतीजे नाल जितया 33rd ऑस्ट्रेलियन सिख गेम्स जो कि ब्रिस्बेन च हो रही ने ਤੇ ਉੱਥੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਗੇਮਸ ਇਹਨਾਂ ਨੇ ਆਰਗੇਨਾਈਜ਼ ਕੀਤੀਆਂ ਤੇ ਕਿਹੜੀਆਂ ਗੇਮਸ ਇੱਥੇ ਪਲੇ ਕਰ ਰਹੇ ਨੇ ਤੇ ਕੋਵਿਡ ਦੇ ਦੌਰਾਨ ਜੋ ਰੈਸਟ੍ਰਿਕਸ਼ਨਸ ਗਵਰਨਮੈਂਟ ਨੇ ਗਈਆਂ ਉਹਦੀ ਇਹ ਕਿਵੇਂ ਪਾਲਣਾ ਕਰ ਰਹੇ ਨੇ ਉਹ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਦੀਪ ਸਿੰਘ ਜੋਰ ਤੇ ਜਿਹੜੀਆਂ 33ਵੀਆਂ ਸਿੱਖ ਖੇਡਾਂ ਜਿਹੜੀਆਂ ਕਿ ਇਸ ਸਾਲ ਆਫੀਸ਼ਲੀ ਪਰਥ ਵਿੱਚ ਹੋਣੀਆਂ ਸੀਗੀਆਂ ਪਰ ਉਹ ਕੋਵਿਡ ਦੇ ਕਰਕੇ ਲਾਸਟ ਈਅਰ ਵੀ ਕੈਂਸਲ ਹੋਈਆਂ ਤੇ ਇਸ ਵਾਰ ਵੀ ਕੈਂਸਲ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ ਮੇਨ ਬੋਡੀ ਸੀ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਹਰੇਕ ਸਟੇਟ ਜਿਹੜੀ ਆਪਣੇ ਆਪਣੇ ਲੈਵਲ ਦਾ ਇੱਕ ਜਿਹੜਾ ਹੋਮ ਟੂਰਨਾਮੈਂਟ ਕਰਵਾਵੇ ਸੋ ਉਹਦੇ ਮੱਦੇਨਜ਼ਰ ਜਿਹੜੀ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਅੱਜ ਆਹ 2 ਦਿਨ ਜਿਹੜੇ ਆ ਫਰਾਈਡੇ ਸੈਟਰਡੇ ਟੂਰਨਾਮੈਂਟ ਚੱਲ ਰਹੇ ਆ ਤੇ ਇਸੇ ਹੀ ਜਿਹੜੇ ਉਸੇ ਚੀਜ਼ ਦੇ ਅਕੋਰਡਿੰਗ ਆਪਾਂ ਇੱਥੇ ਬ੍ਰਿਸਬਨ ਦੇ ਵਿੱਚ ਅੱਜ ਟੂਰਨਾਮੈਂਟ ਰੱਖਿਆ ਜਿਹੜਾ ਇਸ ਦੇ ਵਿੱਚ ਜੀ ਫੁੱਟਬਾਲ ਵਾਲੀਬਾਲ ਅਤੇ ਬੱਚਿਆਂ ਦੇ ਸੌਕਰ ਮੁਕਾਬਲੇ ਪਾਵਰ ਲਿਫਟਿੰਗ ਕ੍ਰਿਕਟ ਅਤੇ ਜਿਹੜੀਆਂ ਹੋਰ ਬੱਚਿਆਂ ਦੇ ਅਥਲੈਟਿਕਸ ਵਗੈਰਾ ਜਿਹੜੀਆਂ ਉਹ ਸਾਰੀਆਂ ਗੇਮਾਂ ਹੈਗੀਆਂ ਪਰ ਅਨਫੋਰਚੁਨੇਟਲੀ ਜਿਹੜੀ ਹੈ ਕਿ ਕਬੱਡੀ ਇਸ ਵਾਰ ਇਸ ਗੇਮ ਦਾ ਜਿਹੜਾ ਪਾਰਟ ਨਹੀਂ ਬਣ ਸਕਦੀ ਬਿਕੋਜ਼ ਆਫ ਜਿਹੜਾ ਕੋਵਿਡ ਦੇ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਪਲੇਇੰਗ ਦਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਮਤਲਬ ਕਿ ਜ਼ਿਆਦਾ ਨੇੜੇ ਤੋਂ ਨੇੜੇ ਹੋ ਕੇ ਖੇਡਦੇ ਆ ਬੋਡੀ ਟੂ ਬੋਡੀ ਟੱਚ ਹੁੰਦਾ ਉਹਨਾਂ ਦਾ ਅਤੇ ਇਸ ਕਰਕੇ ਉਹ ਜਿਹੜਾ ਕਬੱਡੀ ਨੂੰ ਬਾਹਰ ਰੱਖਿਆ ਗਿਆ ਹੁਣ ਗੱਲਬਾਤ ਕਰਦੇ ਹਾਂ ਸਰਬਜੀਤ ਸੋਹੀ ਜੀ ਨਾਲ ਕਿ ਉਹਨਾਂ ਦੇ ਇਸ ਬਾਰੇ ਕੀ ਖਿਆਲ ਨੇ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਟੀਮ ਚੜ੍ਹਦੀ ਕਲਾ ਦਾ ਜਿਹੜੇ ਅੱਜ ਇਸ ਗੇਮਾਂ ਨੂੰ ਕਵਰੇਜ ਕਰਨ ਵਾਸਤੇ ਪਹੁੰਚੇ ਨੇ ਆਸਟ੍ਰੇਲੀਅਨ ਸਿੱਖ ਗੇਮ ਜਿਹੜੀਆਂ 33ਵੀਆਂ ਸਿੱਖ ਗੇਮਾਂ ਅਸੀਂ ਕਰਵਾ ਰਹੇ ਹਾਂ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਪੰਜਾਬੀਆਂ ਦਾ ਇੱਕ ਆਈਕੋਨ ਬਣ ਚੁੱਕੀਆਂ ਔਰ ਦੁਨੀਆ ਦੇ ਕਿਸੇ ਵੀ ਕੰਟਰੀ ਜਿੱਥੇ ਪੰਜਾਬੀ ਵੱਸਦੇ ਆ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਜਿਹੜਾ ਮਤਲਬ ਸਟਰਕਚਰ ਉਹ ਪੈਦਾ ਨਹੀਂ ਕਰ ਸਕੇ ਜਾਂ ਜੇ ਕਿਤੇ ਹੋਇਆ ਤਾਂ ਉਹ ਖਤਮ ਹੋ ਗਿਆ ਪਰ ਸਿੱਖ ਗੇਮ ਜਿਹੜੀਆਂ ਨੇ ਉਹ ਦਿਨ ਬ ਦਿਨ ਜਿਹੜੀਆਂ ਵੱਡੀਆਂ ਹੋ ਰਹੀਆਂ ਔਰ ਅੱਜ ਸਿੱਖ ਗੇਮਾਂ ਜਦੋਂ ਪੂਰੀਆਂ ਸਿੱਖ ਗੇਮਸ ਹੁੰਦੀਆਂ ਉਹਨਾਂ ਵਿੱਚ 40-50 ਹਜ਼ਾਰ ਦੇ ਕਰੀਬ ਪੰਜਾਬੀ ਜਿਹੜੇ ਹਿੱਸਾ ਲੈਂਦੇ ਆ ਨਿਊਜ਼ੀਲੈਂਡ ਵੀ ਵਿੱਚ ਪਾਰਟੀਸਪੇਟ ਕਰਦਾ ਆ ਔਰ ਇਸ ਵਾਰੀ ਕੋਵਿਡ ਦੇ ਕਰਕੇ ਗੇਮਾਂ ਥੋੜ੍ਹੀਆਂ ਛੋਟੀਆਂ ਹੋਈਆਂ ਨੇ ਪਰ ਚਲੋ ਫਿਰ ਵੀ ਆਪਾਂ ਜੇ ਕਹੀਏ ਤਾਂ ਗੇਮਾਂ ਜਿਹੜੀਆਂ ਵਿਸ਼ਵ ਭਰ ਦੇ ਬੜਾ ਵੱਡਾ ਜਿਹੜਾ ਸੰਦੇਸ਼ ਦਿੰਦੀਆਂ ਨੇ ਕਿਉਂਕਿ ਸਾਡੇ ਬੱਚੇ ਜਿਹੜੇ ਆ ਸਾਡਾ ਪਰਿਵਾਰ ਜਿਹੜਾ ਗੇਮਾਂ ਨਾਲ ਇਕੱਠੇ ਹੁੰਦੇ ਆ ਕਲੱਬ 'ਚ ਖੇਡਦੇ ਆ ਫਿਰ ਗਰਾਊਂਡਾਂ 'ਚ ਖੇਡਦੇ ਆ ਔਰ ਆਪਣੇ ਭਾਈਚਾਰੇ ਦੇ ਵਿੱਚ ਖੇਡਣ ਦੇ ਨਾਲ ਜਿਹੜਾ ਸੱਭਿਆਚਾਰ ਆ ਜਾਂ ਵਿਰਾਸਤ ਆ ਉਹਦੇ ਬਾਰੇ ਜਿਹੜਾ ਜਾਗਰੂਕ ਉਹ ਹੁੰਦੇ ਨੇ ਬੱਚੇ ਸਾਡੇ ਨਾਲ ਦੀ ਨਾਲ ਜਿਹੜਾ ਸਾਡਾ ਸਾਡੀਆਂ ਵਿਰਾਸਤੀ ਖੇਡਾਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਆ ਉਹਨੂੰ ਕ੍ਰੀਏਟ ਕਰਨ ਦੇ ਵਾਸਤੇ ਇਹਨਾਂ ਗੇਮਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਔਰ ਪਹਿਲੀ ਵਾਰੀ ਸਿੱਖ ਗੇਮਾਂ ਦੇ ਵਿੱਚ ਜਿਹੜਾ ਆ ਇਹ ਪੰਜਾਬੀ ਭਾਸ਼ਾ ਫੋਰਮ ਜਿਹੜਾ ਆ ਇਹ ਕ੍ਰੀਏਟ ਕੀਤਾ ਗਿਆ ਕਿਉਂਕਿ ਗੇਮਾਂ 'ਚ ਗਿੱਧਾ ਭੰਗੜਾ ਸੀ ਪਹਿਲਾਂ ਹੀ ਜਿਹੜਾ ਆ ਉਹ ਲੈ ਕੇ ਆਉਂਦੇ ਹਾਂ ਪਰ ਅਸੀਂ ਸੋਚਦੇ ਸੀ ਜਿਹੜੀਆਂ ਗੇਮਾਂ ਦੇ ਵਿੱਚ ਜਿਹੜਾ ਵਾ ਲਿਟਰੇਚਰ ਪੁਸਤਕਾਂ ਗਿੱਧਾ ਭੰਗੜਾ ਹੋਰ ਵਿਰਾਸਤੀ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਪੇਸ਼ ਹੋਣੀਆਂ ਚਾਹੀਦੀਆਂ ਉਹਦੇ ਕਰਕੇ ਜਿਹੜਾ ਇਹ ਪੰਜਾਬੀ ਭਾਸ਼ਾ ਫੋਰਮ ਲਿਆਂਦਾ ਆ ਪੰਜਾਬੀ ਭਾਸ਼ਾ ਫੋਰਮ ਦੇ ਕਰਕੇ ਅਸੀਂ ਜਿਹੜਾ ਸਾਲ 'ਚ ਲੇਖਕਾਂ ਦੀ ਕਾਨਫਰੰਸ ਜਿਹੜੀ ਆ ਉਹ ਸਿੱਖ ਗੇਮਾਂ 'ਚ ਹੋਇਆ ਕਰੇਗੀ ਨਾਲ ਦੀ ਨਾਲ ਸੈਮੀਨਾਰ ਲਿਪੀ ਬਾਰੇ ਬੱਚਿਆਂ ਨੂੰ ਸੁੰਦਰ ਲਿਖਤ ਦੇ ਮੁਕਾਬਲੇ ਜਿੱਦਾਂ ਆ ਇਹ ਸਾਰਾ ਕੁਝ ਜਿਹੜਾ ਆ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆ ਉਹ ਸ਼ਾਮਿਲ ਕੀਤਾ ਜਾਊਗਾ ਹਾਲੇ ਕੋਵਿਡ ਕਰਕੇ ਲੱਗਦਾ ਸੀ ਗੇਮਾਂ ਨਹੀਂ ਹੋਣੀਆਂ ਪਰ ਬੜੀ ਜਲਦੀ ਜਿਹੜਾ ਸਾਰਾ ਪ੍ਰਬੰਧਕਾਂ ਨੇ ਰਲ ਮਿਲ ਕੇ ਸਾਰਾ ਕੰਮ ਕੀਤਾ ਸੋ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਸਾਰਾ ਸ਼ਹਿਰ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟੀਮ ਚੜ੍ਹਦੀ ਕਲਾ ਦਾ ਜੀ